ਤੇ ਗੱਲ ਕਰਦੇ ਹਾਂ ਕੈਥਲ ਦੇ ਬਲੱਡ ਬੈਂਕ ਦੀ, ਜਿਹੜਾ ਕਿ ਇੰਨੀ ਦਿਨੀ ਕਾਫੀ ਚਰਚਾ ਵਿੱਚ ਹੈ, ਕਿਉਂਕਿ ਬਲੱਡ ਬੈਂਕ ਦੇ ਕਰਮਚਾਰੀਆਂ ਤੇ ਗਲਤ ਤਰੀਕੇ ਨਾਲ ਬਲੱਡ ਵੇਚਣ ਦੇ ਦੋਸ਼ ਲੱਗ ਰਹੇ ਨੇ, ਜਿਨ੍ਹਾਂ ਨੂੰ ਲੈ ਕੇ CMO ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਇਸ ਮਾਮਲੇ ਸੰਬੰਧੀ ਇੱਕ ਟੀਮ ਵੀ ਬਣਾਈ ਗਈ ਹੈ ਜਿਹੜੀ ਇਸ ਮਾਮਲੇ ਨੂੰ ਜਲਦੀ ਉਜਾਗਰ ਕਰਨ ਦੀ ਗੱਲ ਕਹਿ ਰਹੀ ਹੈ। ਸਰਕਾਰੀ ਹਸਪਤਾਲ ਕੇ ਅੰਦਰ ਕਿਸੇ ਵੀ ਪ੍ਰਕਾਰ ਕਾ ਮਰੀਜ਼ ਹੋ, ਰਕਤ ਨਿਸ਼ੁਲਕ ਉਪਲਬਧ ਕਰਾਇਆ ਜਾਤਾ ਹੈ, ਔਰ ਜਬਕਿ ਪ੍ਰਾਈਵੇਟ ਹਸਪੀਟਲ ਕੇ ਅੰਦਰ ਜਿਸ ਵੀ ਮਰੀਜ਼ ਕੋ ਜੁੜਦਾ 1050 ਰੁਪਏ ਪ੍ਰਤੀ ਯੂਨਿਟ ਗੌਰਮੈਂਟ ਕੀ ਪ੍ਰੋਸੈਸ ਟੈਸਟ ਫੀਸ ਹੈ, ਉਸਕੀ ਬਾਕਾਇਦਾ ਮਰੀਜ਼ ਕੋ ਰਸੀਦ ਕੀਤੀ ਜਾਤੀ ਹੈ, ਔਰ ਜੋ ਇਹ ਆਰੋਪ ਹੈ ਕਿ ਇਹ ਰੇਅਰ ਗਰੁੱਪ ਕੀ ਵੇਚੇ ਜਾਤੇ, ਘਟਨਾ ਨਿੰਦਨੀਯ ਹੈ, ਇਸ ਮੀਡੀਆ ਕੇ ਸਾਥੀਓ ਸੇ ਵੀ ਅਪੀਲ ਹੈ, ਇਸ ਨਹੀਂ ਲਿਖਣਾ ਚਾਹੀਏ, ਬਿਲਕੁਲ ਗਲਤ ਹੈ। ਅਗਰ ਪਿਛਲੇ ਸਾਲ ਲਗਭਗ 9000 ਯੂਨਿਟ ਉਹਨਾਂ ਨੇ ਬਲੱਡ ਦਿਆ ਹੈ, ਅਗਰ ਇੱਕ ਵੀ ਪੇਸ਼ੈਂਟ ਜਿਸਕੋ ਨਿਸ਼ੁਲਕ ਦਿਆ ਗਿਆ ਹੈ 1 ਰੁਪਇਆ ਵੀ ਕਹਿ ਦੇ ਕਿ ਹਮਾਰੇ ਸੇ ਲੈ ਲਿਆ, ਯਾ 1050 ਰੁਪਏ ਪ੍ਰਾਈਵੇਟ ਹਸਪੀਟਲ ਕੋ ਪ੍ਰਤੀ ਯੂਨਿਟ ਦਿਆ, ਅਗਰ 1051 ਰੁਪਏ ਵੀ ਕਿਸੀ ਨੇ ਲਿਆ ਹੋ ਕਿਸੀ ਸਾਥੀ ਨੇ, ਅਗਰ ਐਸਾ ਕੋਈ ਤੱਥ ਸਾਹਮਣੇ ਲਗਤਾ ਹੈ ਤੋ ਹਮ ਬਾਕਾਇਦਾ ਉਸਕੀ ਜ਼ਿੰਮੇਦਾਰੀ ਲੇਂਗੇ। ਐਸਾ ਕੋਈ ਵੀ ਕਿਸੀ ਵੀ ਕਰਮਚਾਰੀ ਨੇ ਐਸਾ ਸੰਭਵ ਨਹੀਂ ਹੈ ਕਿ ਐਸਾ ਕਰ ਦਿਆ ਹੋ। ਸਰਕਾਰੀ ਹਸਪਤਾਲ ਕੈਥਲ ਮੇਂ ਸਥਿਤ ਬਲੱਡ ਬੈਂਕ ਮੇਂ ਕੁਛ ਅਨਿਯਮਿਤਾਏ ਹਮਾਰੇ ਸਾਹਮਣੇ ਆਈ ਥੀ, ਜਿਸਮੇਂ ਪਤਾ ਚਲਾ ਕਿ ਪੇਸ਼ੈਂਟ ਕੋ ਬਲੱਡ ਇਸ਼ੂ ਹੋ ਰਿਹਾ ਹੈ ਪਰ ਉਸਕੋ ਬਲੱਡ ਲਗਾਇਆ ਨਹੀਂ ਜਾ ਰਹਾ, ਇਸਕੇ ਬਾਰੇ ਮੇਂ ਟੀਮ ਕਾ ਗਠਨ ਕੀਆ ਗਿਆ ਔਰ ਵੋ ਟੀਮ ਗਹਿਨਤਾ ਸੇ ਜਾਂਚ ਕਰ ਰਹੀ ਹੈ। ਕਿਸ ਤਰ੍ਹਾਂ ਕਾ ਮਾਮਲਾ ਥਾ, ਕਿਸ ਤਰ੍ਹਾਂ ਕੀ ਅਨਿਯਮਿਤਾਏ ਥੀ? ਪੇਸ਼ੈਂਟ ਕੇ ਨਾਮ ਕਾ ਬਲੱਡ ਇਸ਼ੂ ਹੋ ਰਹਾ ਥਾ ਪਰ ਵੋ ਪੇਸ਼ੈਂਟ ਕੀ ਫਾਈਲ ਮੇਂ ਉਸਕਾ ਰਿਕਾਰਡਿੰਗ ਨਹੀਂ ਹੋ ਰਹੀ ਥੀ। ਤੋ ਅਭੀ ਤੱਕ ਜਾਂਚ ਕਹਾਂ ਤੱਕ ਪਹੁੰਚੀ, ਕਿਆ ਚਲਾ? ਅਭੀ ਜਾਂਚ ਟੀਮ ਉਸ ਕਾਰਯ ਮੇਂ ਲਗੀ ਹੋਈ ਹੈ, ਰਿਕਾਰਡ ਦੇਖ ਰਹੀ ਹੈ, ਬਹੁਤ ਵਿਸਤ੍ਰਿਤ ਸੇ ਜਾਂਚ ਕੀ ਜਾ ਰਹੀ ਹੈ, ਥੋੜਾ ਟਾਈਮ ਲਗੇਗਾ,